ਗ੍ਰਹਿ ਮੰਤਰੀ ਸਾਹਿਬ ਭਾਰਤ ਸਰਕਾਰ ਨੂੰ ਇੱਕ ਮੈਮੋਰੈਂਡਮ ਭੇਜਣ ਲੱਗੇ ਹਾਂ DC ਸਾਹਿਬ ਰਾਹੀਂ। ਤੁਸੀਂ ਸਾਰਿਆਂ ਨੇ ਵੀ ਦੇਖਿਆ ਹੋਣਾ, ਆਪਾਂ ਸਾਰਿਆਂ ਨੇ ਪਿਛਲੇ ਦਿਨ ਇੱਕ ਦਿੱਲੀ ਦੇ ਵਿੱਚ ਜਿਹੜੀ ਘਟਨਾ ਦੇਖੀ ਆ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆ। ਦਿੱਲੀ ਪੁਲਿਸ ਦੇ ਮੁਲਾਜ਼ਮ 10-12 ਦੋ ਵਿਅਕਤੀਆਂ ਨੂੰ ਅਣਮਨੁੱਖੀ ਤਸੱਦਰ ਕਰਕੇ ਉਹਨਾਂ ਨੂੰ ਕੁੱਟ ਰਹੇ ਨੇ, ਉਹਨਾਂ ਨੂੰ ਘੜੀਸ ਰਹੇ ਨੇ, ਉਹਨਾਂ ਨਾਲ ਉਹ ਵਰਤਾਰਾ ਕੀਤਾ ਜਿਹੜਾ ਪਸ਼ੂਆਂ ਨਾਲ ਵੀ ਨਹੀਂ ਕੋਈ ਕਰਦਾ ਅੱਜ ਦੇ ਜ਼ਮਾਨੇ 'ਚ। ਅਸੀਂ ਇਹ ਮੰਗ ਲੈ ਕੇ DC ਸਾਹਿਬ ਕੋਲ ਆਏ ਹਾਂ ਵੀ ਸਾਡਾ ਜਿਹੜਾ ਮੰਗ ਪੱਤਰ ਗ੍ਰਹਿ ਮੰਤਰੀ ਸਾਹਿਬ ਨੂੰ ਭੇਜਿਆ ਜਾਵੇ ਕਿ ਉਹਨਾਂ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਹਨਾਂ ਦੇ ਖਿਲਾਫ਼ ਬਣਦਾ ਮੁਕੱਦਮਾ ਦਰਜ ਕੀਤਾ ਜਾਵੇ। ਕਿਉਂਕਿ ਇਹ ਵਰਤਾਰਾ ਦੇਖੋ ਕੋਈ ਆਮ ਵਿਅਕਤੀ ਕਰੇ ਤਾਂ ਸਮਝ ਵਿੱਚ ਆਉਂਦਾ, ਜੇ ਪੁਲਿਸ ਵਾਲੇ ਕਰਨ ਜਿਨ੍ਹਾਂ ਨੂੰ ਪਾਠ ਪੜ੍ਹਾਏ ਜਾਂਦੇ ਨੇ, ਜਿਨ੍ਹਾਂ ਨੂੰ ਕਾਨੂੰਨ ਬਾਰੇ ਦੱਸਿਆ ਜਾਂਦਾ, ਜਿਨ੍ਹਾਂ ਨੂੰ ਸਬਰ ਨਾਲ ਸਹਿਣ ਦੀ ਗੱਲ ਸਿਖਾਈ ਜਾਂਦੀ ਆ, ਜਿਨ੍ਹਾਂ ਦੇ ਕਰੋੜਾਂ ਰੁਪਈਆ ਲਾ ਕੇ ਸਿਖਲਾਈ ਦਿੱਤੀ ਜਾਂਦੀ ਆ, ਜੇ ਉਹ ਅਣਮੁੱਖੀ ਵਰਤਾਰਾ ਕਰਨ ਤਾਂ ਫਿਰ ਆਮ ਬੰਦਾ ਕੀ ਕਰੂਗਾ। ਹੋ ਸਕਦਾ ਦੂਜੇ ਵਿਅਕਤੀ ਨੇ ਵੀ ਗਲਤੀ ਕੀਤੀ ਹੋਵੇ, ਪਰ ਉਹਨੂੰ ਕਾਨੂੰਨ ਦੇ ਅਨੁਸਾਰ ਨਜਿੱਠਿਆ ਜਾਣਾ ਚਾਹੀਦਾ, ਫੜ ਕੇ ਉਹਦੇ 'ਤੇ FIR ਰੱਦ ਕਰਨੀ ਚਾਹੀਦੀ ਹੈ, FIR ਰੱਦ ਕਰਕੇ ਉਹਨੂੰ ਕਾਨੂੰਨ ਦੇ ਅਨੁਸਾਰ ਉਹ 'ਤੇ ਸਜ਼ਾ ਦਵਾਓ। ਇਹ ਤਾਂ ਕਿਤੇ ਨਹੀਂ ਲਿਖਿਆ ਵੀ ਸ਼ਰੇ ਆਮ ਸ਼ਰੇ ਬਾਜ਼ਾਰ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਰੋ ਜਿਹੜਾ ਕਦੇ ਵੀ ਸੱਭਿਅਕ ਸਮਾਜ ਦੇ ਵਿੱਚ ਉਹਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ ਕਰਕੇ ਅੱਜ ਅਸੀਂ DC ਸਾਹਿਬ ਦੇ ਰਾਹੀਂ ਮੰਗ ਪੱਤਰ ਗ੍ਰਹਿ ਮੰਤਰੀ ਸਾਹਿਬ ਨੂੰ ਭੇਜਣ ਵਾਸਤੇ ਆਏ ਹਾਂ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਬਰਖਾਸਤ ਕੀਤਾ ਜਾਵੇ, ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਉਹਨਾਂ 'ਤੇ ਮੁਕੱਦਮਾ ਦਰਜ ਕੀਤਾ। ਦਿੱਲੀ ਦੀ ਪੁਲਿਸ ਨੇ ਜੋ ਪਰਸੋਂ ਦੋ ਸਿੱਖ ਬੰਦਿਆਂ 'ਤੇ ਤਸ਼ੱਦਦ ਕੀਤਾ, ਅੱਜ ਉਹਦੇ ਸੰਬੰਧ 'ਚ ਅਸੀਂ DC ਸਾਹਿਬ ਨੂੰ ਮਿਲ ਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇੱਕ ਮੈਮੋਰੈਂਡਮ ਭੇਜਣਾ 'ਚ ਭੇਜੇ ਆ, ਜਿਹਦੇ ਵਿੱਚ ਅਸੀਂ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਜੋ ਕਾਰਵਾਈ ਕੀਤੀ ਆ ਅਣਮਨੁੱਖੀ ਢੰਗ ਨਾਲ, ਜੋ ਉਹਨਾਂ 'ਤੇ ਤਸ਼ੱਦਦ ਕੀਤਾ ਗਿਆ, ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ, ਉਹਨਾਂ ਦੇ ਬੰਦੀ ਸ਼ਰਾਬਬੰਦੀ ਦੀ ਕਾਰਵਾਈ ਆ ਕਰਕੇ ਉਹਨਾਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਮੈਂ ਸਮਝਦਾ ਕਿ ਇਹ ਜਿਹੜੀ ਕਾਰਵਾਈ ਪਰਸੋਂ ਹੋਈ ਹੈ ਦਿੱਲੀ ਦੀਆਂ ਸੜਕਾਂ 'ਤੇ, ਇਹ 1984 ਦੇ ਉਹ ਦਿਨ ਸਾਨੂੰ ਯਾਦ ਕਰਾਤੇ ਜੇ ਉਸ ਵਕਤ ਦੀ ਸਰਕਾਰ ਨੇ ਸਿੱਖਾਂ 'ਤੇ ਤਸ਼ੱਦਦ ਢਾਇਆ ਸੀ, ਉਸੇ ਢੰਗ ਨਾਲ ਹੀ ਇਹਨਾਂ 'ਤੇ ਤਸ਼ੱਦਦ ਕੀਤਾ ਗਿਆ। ਉਹਨਾਂ ਦੇ ਕੇਸਾਂ ਨੂੰ ਫੜ ਕੇ ਪੁੱਟਿਆ ਗਿਆ, ਸਿਰ ਦੇ ਵਿੱਚ ਉਹਨਾਂ ਦੇ ਬੂਟ ਮਾਰੇ ਗਏ, ਠੁੱਡੇ ਮਾਰੇ ਗਏ। ਮੈਂ ਸਮਝਦਾ ਕਿ ਬਹੁਤ ਮਾੜੀ ਕਾਰਵਾਈ ਜਿਹੜੀ ਆ ਇਹ ਦਿੱਲੀ ਦੀ ਪੁਲਿਸ ਨੇ ਕੀਤੀ ਹੈ, ਅਤੇ ਉਹਨਾਂ ਨੂੰ ਡਿਸਮਿਸ ਕਰਕੇ ਉਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ। ਬ੍ਰੇਕਿੰਗ ਨਿਊਜ਼ ਪੰਜਾਬ ਤੋਂ ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਸਰਬਜੀਤ ਮਨੇਸਰ ਦੀ ਰਿਪੋਰਟ।